ਬਿਗ ਬੌਸ ਓਟੀਟੀ ਦੇ ਵਿਜੇਤਾ ਐਲਵਿਸ਼ ਯਾਦਵ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੇ ਨਾਲ ਝੜਪ ਕਰਦੇ ਹੋਏ ਨਜ਼ਰ ਆ ਰਹੇ ਨੇ। ਦਰਅਸਲ ਵੈਸ਼ਨੋ ਦੇਵੀ ਮਾਤਾ ਦੇ ਮੱਥਾ ਟੇਕਣ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉੱਥੋਂ ਕੁਝ ਅਜਿਹਾ ਹੁੰਦਾ ਕਿ ਐਲਵਿਸ਼ ਯਾਦਵ ਨੂੰ ਭਜਣਾ ਪੈਂਦਾ, ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਐਲਵਿਸ਼ ਯਾਦਵ ਉੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਲੜਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ ਤੇ ਸੋਸ਼ਲ ਮੀਡੀਆ ਤੇ ਇਸ ਦੀ ਚਰਚਾ ਲਗਾਤਾਰ ਹੋ ਰਹੀ ਹੈ। ਐਲਵਿਸ਼ ਯਾਦਵ ਨੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਦੋਸਤ ਰਾਘਵ ਸ਼ਰਮਾ ਦੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਜੋ ਕਿ ਸੁਰਖੀਆਂ ਦੇ ਵਿੱਚ ਸੀ ਤੇ ਇੱਕ ਹੁਣ ਹੋਰ ਵੀਡੀਓ ਸਾਹਮਣੇ ਆ ਰਹੀ ਹੈ। ਇਸ ਦੇ ਵਿੱਚ ਇੱਕ ਵਿਅਕਤੀ ਐਲਵਿਸ਼ ਦੇ ਦੋਸਤ ਰਾਘਵ ਸ਼ਰਮਾ ਦਾ ਕੋਲਰ ਫੜ ਕੇ ਉਸਨੂੰ ਝਿੜਕਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ। ਕੁਝ ਲੋਕ ਉਸਦਾ ਕੋਲਰ ਫੜ ਕੇ ਖਿੱਚਦੇ ਵੀ ਨਜ਼ਰ ਆ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਨੇ ਐਲਵਿਸ਼ ਅਤੇ ਰਾਘਵ ਨੂੰ ਆਪਣੇ ਨਾਲ ਤਸਵੀਰ ਲੈਣ ਦੇ ਲਈ ਕਿਹਾ ਸੀ ਪਰ ਦੋਵਾਂ ਨੇ ਇਨਕਾਰ ਕਰ ਦਿੱਤਾ ਤੇ ਇਸ ਵਿਅਕਤੀ ਨੂੰ ਗੁੱਸਾ ਇਸ ਕਦਰ ਆਇਆ ਕਿ ਉਸਨੇ ਰਾਘਵ ਦਾ ਕੋਲਰ ਫੜ ਲਿਆ ਜਦਕਿ ਐਲਵਿਸ਼ ਯਾਦਵ ਉੱਥੋਂ ਭੱਜ ਜਾਂਦਾ। ਸੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ। ਇਸ ਵੀਡੀਓ ਦੇ ਵਿੱਚ ਯੂਟਿਊਬਰ ਨੂੰ ਭੀੜ ਨੇ ਘੇਰਿਆ ਹੋਇਆ ਤੇ ਕੁੱਟਮਾਰ ਵੀ ਕਿਹਾ ਜਾ ਰਿਹਾ ਕੀਤੀ ਗਈ। ਦਾਅਵਾ ਇਹ ਕੀਤਾ ਗਿਆ ਕਿ ਐਲਵਿਸ਼ ਯਾਦਵ ਦੀ ਕੁੱਟਮਾਰ ਵੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਐਲਵਿਸ਼ 20 ਦਸੰਬਰ ਨੂੰ ਵੈਸ਼ਨੋ ਦੇਵੀ ਮੰਦਿਰ ਗਿਆ ਸੀ ਤੇ ਉਸਦੇ ਨਾਲ ਰਾਘਵ ਸ਼ਰਮਾ ਉਸਦਾ ਦੋਸਤ ਵੀ ਨਾਲ ਗਿਆ ਸੀ ਤੇ ਇੱਕ ਭੀੜ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ। ਕਿਹਾ ਜਾ ਰਿਹਾ ਕਿ ਉਹਨਾਂ ਦਾ ਫੈਨ ਹੀ ਫੋਟੋ ਕਰਵਾਉਣ ਦੇ ਲਈ ਕਹਿ ਰਿਹਾ ਸੀ ਤੇ ਅਜਿਹੇ ਦੇ ਵਿੱਚ ਦੋਨਾਂ ਨੇ ਫੋਟੋ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਵਿਅਕਤੀ ਨੇ ਰਾਘਵ ਦਾ ਕਾਲਰ ਫੜ ਲਿਆ ਤੇ ਝਿੜਕਦਾ ਹੋਇਆ ਨਜ਼ਰ ਆ ਰਿਹਾ। ਇੱਕ ਹੋਰ ਵਿਵਾਦ ਐਲਵਿਸ਼ ਯਾਦਵ ਨਾਲ ਜੁੜ ਗਿਆ। ਹਾਲਾਂਕਿ ਪਿਛਲੇ ਦਿਨ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀ। ਬਿਗ ਬੌਸ ਓਟੀਟੀ ਦਾ ਵਿਨਰ ਐਲਵਿਸ਼ ਯਾਦਵ ਨੋਇਡਾ ਦੇ ਸੱਪ ਦੇ ਜ਼ਹਿਰ ਮਾਮਲੇ ਦੇ ਵਿੱਚ ਹਾਲਾਂਕਿ FIR ਵੀ ਹੁੰਦੀ ਹੈ। ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਸੋਸ਼ਲ ਮੀਡੀਆ ਤੇ ਦਿੱਤਾ ਸੀ। ਆਪਣੇ ਆਪ ਨੂੰ ਬੇਬੁਨਿਆਦ ਦੱਸਿਆ ਸੀ ਜੋ ਇਲਜ਼ਾਮ ਲਗਾਏ ਸੀ ਤੇ ਇੱਕ ਹੋਰ ਵੀਡੀਓ ਸਾਹਮਣੇ ਆ ਰਿਹਾ ਹੈ ਜਿੱਥੇ ਦਾਅਵਾ ਕੀਤਾ ਗਿਆ ਕਿ ਮਾਤਾ ਵੈਸ਼ਨੋ ਦੇਵੀ ਜਾਂਦੇ ਨੇ ਤੇ ਕੁੱਟਮਾਰ ਜਿਹੜੀ ਹੈ ਕੀਤੀ ਗਈ। ਦਾਅਵਾ ਕੀਤਾ ਜਾ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਹਾਲਾਂਕਿ ਕੀ ਅਸਲ ਸੱਚ ਹੈ ਇਸ ਬਾਬਤ ਕਿਸੇ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਫੋਟੋ ਕਰਵਾਉਣਾ ਚਾਹੁੰਦਾ ਸੀ ਤੇ ਦੋਨਾਂ ਦੇ ਵੱਲੋਂ ਫੋਟੋ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਤੇ ਇੰਨੇ ਦੇ ਵਿੱਚ ਇਹ ਵਿਅਕਤੀ ਭੜਕ ਜਾਂਦਾ ਹੈ ਤੇ ਰਾਘਵ ਦਾ ਕੋਲਰ ਫੜਿਆ ਜਾਂਦਾ ਹੈ। ਸੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਝ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਕਿ ਕਿੰਝ ਮੌਕੇ ਤੇ ਬਵਾਲ ਹੁੰਦਾ ਹੈ। ਕਰ ਰਹੇ ਹੋ ਮੀਡੀਆ ਕੇ ਸਾਥ ਕਿਆ ਕਰ ਰਹੇ ਜੀ ਯਾਰ ਆਪ ਕੋ ਕਿਸ ਚੀਜ਼ ਕਿਆ ਹੋ ਆਪ ਮੀਡੀਆ ਪੇ ਆਪ ਆ ਗਏ ਆਪ।